ਪਿਆਰਾਂ ਦੀ ਚੋਚ ਕਰੇ। ਸੋ ਜਿਹੜੇ ਪ੍ਰਭੂ ਦਾ ਨਾਮ ਜਪਦੇ ਨੇ ਉਹਨਾਂ ਦੀ ਕੋਈ ਜਾਤ ਨਹੀਂ ਹੁੰਦੀ, ਉਹ ਜਾਤਾਂ ਦੇ ਬੰਧਨ ਵਿੱਚ ਰਹਿੰਦੇ ਨਹੀਂ। ਵੈਸੇ ਵੀ ਇਹ ਜਾਤਾਂ ਪਾਤਾਂ ਪਰਮਾਤਮਾ ਨੇ ਨਹੀਂ ਬਣਾਈਆਂ, ਪਰਮਾਤਮਾ ਨੇ ਇਨਸਾਨ ਬਣਾਇਆ। ਅਤੇ ਇਨਸਾਨ ਕਾਹਦਾ ਬਣਿਆ? ਪੰਜਾਂ ਤੱਤਾਂ ਦਾ, ਧਰਤੀ ਆਕਾਸ਼ ਅਗਨ। ਹਵਾ ਦੀ ਕੋਈ ਜ਼ਾਤ ਨਹੀਂ ਹੈ, ਅਗਨੀ ਦੀ ਕੋਈ ਜ਼ਾਤ ਨਹੀਂ ਹੈ, ਪਰ ਬੰਦੇ ਦੀ ਜ਼ਾਤ ਕਿਵੇਂ ਹੋ ਸਕਦੀ ਹੈ? ਪੰਜਾਂ ਤੱਤਾਂ ਦਾ ਇਹ ਸਰੀਰ ਬਣਿਆ, ਅਸੀਂ ਉਹਨੂੰ ਜਾਤਾਂ ਵਿੱਚ ਰੱਖ ਲੈਂਦੇ ਹਾਂ, ਮੂੰਹ ਮੋੜ ਲੈਂਦੇ ਹਾਂ ਵੀ ਨਹੀਂ ਮੈਂ ਕਿਉਂ ਗੱਲ ਸੁਣਾਂ, ਇਹ ਤਾਂ ਨੀਵੀਂ ਜਾਤ ਦਾ। ਸੋ ਆਪਾਂ ਜਾਤਾਂ ਵਿੱਚ ਫਸ ਕੇ ਕਈ ਵਾਰੀ, ਕਬੀਰ ਜੀ ਵੀ ਕਹਿੰਦੇ ਨੇ, ਮੋਲ ਕਰੋ ਤਲਵਾਰ ਕਾ ਪੜਾ ਰਹਿਮ ਦੋ ਮਿਆਨ, ਜਾਤ ਨਾ ਪੁੱਛੋ ਸਾਧਕੀ ਪੁੱਛ ਲੀਜੀਏ ਗਿਆਨ। ਸੋ ਆਪਾਂ ਇਹ ਦੇਖਣਾ ਵੀ ਗਿਆਨ ਕਿਹਦੇ ਕੋਲ ਹੈ, ਪ੍ਰਕਾਸ਼ ਕਿਹਦੇ ਅੰਦਰ ਹੈ, ਨਾਮ ਕੌਣ ਜਪਦਾ। ਇਹ ਜਾਵਾਂ ਜਾਤਾਂ ਜਿਹੜੀਆਂ ਨੇ ਬਣਾਈਆਂ ਨੇ, ਕਿਹਨੇ ਬਣਾਈਆਂ? ਇਹ ਬੰਦਿਆਂ ਨੇ ਬਣਾਈਆਂ। ਰਵਿਦਾਸ ਜੀ ਉਹਨਾਂ ਦੇ ਅੰਦਰ ਕੋਈ ਵੀ ਤ੍ਰਿਸ਼ਨਾ ਨਹੀਂ ਬਾਕੀ ਰਹਿ ਗਈ, ਉਹ ਪਰਮਾਤਮਾ ਤੋਂ ਮੰਗਦੇ ਕੁਛ ਨਹੀਂ ਹੈ, ਸਿਰਫ ਮੰਗਦੇ ਨੇ। ਝੌਂਪੜੀ ਵਿੱਚ ਬੈਠੇ ਵੀ, ਮਹਾਰਾਜ ਮੇਰੇ ਕੋਲੋਂ ਨਾਮ ਨਾ ਵਿਛੜੇ, ਹੈ ਪਰਮਾਤਮਾ ਵਾਹਿਗੁਰੂ ਮੇਰੇ ਅੰਦਰ ਜੋ ਤੇਰੇ ਨਾਮ ਦੀ ਜੋਤ ਜਗਦੀ ਹੈ, ਜੋ ਮੈਨੂੰ ਪਿਆਰ ਬਖਸ਼ਿਆ ਤੂੰ, ਉਹ ਨਾ ਮੇਰੇ ਤੋਂ ਵਿਛੜੇ। ਸੋ ਨਾਮ ਜਪਦਿਆਂ ਜਪਦਿਆਂ ਇੰਨੀ ਉੱਚ ਅਵਸਥਾ ਬਣ ਗਈ, ਪਰਮਾਤਮਾ ਦਾ ਸਿੰਘਾਸਨ ਡੋਲਿਆ, ਪਰਮਾਤਮਾ ਖੁਦ ਇੱਕ ਫਕੀਰ ਦਾ ਰੂਪ ਬਣਾ ਕੇ ਆ ਗਿਆ। ਜਦੋਂ ਅੰਦਰ ਆਇਆ ਰਵਿਦਾਸ ਜੀ ਦੀ ਝੌਂਪੜੀ ਵਿੱਚ, ਪਰਮਾਤਮਾ ਨੇ ਫਕੀਰ ਦਾ ਭੇਸ ਬਣਾਇਆ, ਮਾਲਾ ਗਲ ਵਿੱਚ ਪਾਈ ਹੈ। ਆਖਿਰ ਰਵਿਦਾਸ ਜੀ ਕੋਲ ਝੌਂਪੜੀ ਮਾਰ ਕੇ ਬੈਠ ਗਏ। ਕਹਿੰਦੇ ਰਵਿਦਾਸ ਜੀ ਘਰ 'ਚ ਗਰੀਬੀ ਬਹੁਤ ਹੈ, ਤੁਸੀਂ ਝੌਂਪੜੀ ਵਿੱਚ ਰਹਿੰਦੇ ਹੋ, ਮੈਂ ਤੁਹਾਡੀ ਗਰੀਬੀ ਦੂਰ ਕਰ ਦਿੰਦਾ। ਕਹਿੰਦੇ ਨਹੀਂ, ਮੈਂ ਬਹੁਤ ਖੁਸ਼ ਹਾਂ ਆਪਣੀ ਗਰੀਬੀ ਵਿੱਚ, ਮੈਂ ਤੁਹਾਨੂੰ ਸ਼ਹਿਨਸ਼ਾਹ, ਕਿਉਂਕਿ ਜਿਸ ਨੂੰ ਬੰਸੇ ਸ਼ਿਵ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ, ਜਿਹੜੇ ਜਿਹਨੂੰ ਪਰਮਾਤਮਾ ਬੰਦਗੀ ਬਖਸ਼ ਦਿੰਦਾ ਹੈ, ਉਹ ਪਾਤਸ਼ਾਹ ਨਹੀਂ, ਉਹ ਪਾਤਸ਼ਾਹ ਦਾ ਵੀ ਪਾਤਸ਼ਾਹ ਬਣ ਜਾਂਦਾ ਹੈ, ਉਹ ਦੁਨੀਆਂ ਦੇ ਦੁਨਿਆਵੀ ਪਾਤਸ਼ਾਹ ਨਹੀਂ, ਅੰਦਰੋਂ ਪਾਤਸ਼ਾਹ ਹੁੰਦੇ। ਸੋ ਪੈਰੀ ਸਾਹਿਬ ਜੀ ਉਹਨਾਂ ਨੇ ਸਾਧੂ ਨੂੰ ਕਿਹਾ, ਰਵਿਦਾਸ ਜੀ ਨੇ, ਮੈਨੂੰ ਕੁਝ ਨਹੀਂ ਚਾਹੀਦਾ, ਤੁਸੀਂ ਕਿਰਪਾ ਕਰੋ ਨਾਮ ਦੀ ਦਾਤ ਦਿਓ, ਬਸ ਜੋ ਮੇਰੇ ਕੋਲ ਹੈ, ਕਿਰਪਾ ਕਰੋ ਮੇਰਾ ਪਿਆਰ ਹੋਰ ਬਣ ਜਾਵੇ, ਪਰਮਾਤਮਾ ਨੂੰ ਮੈਂ ਹੋਰ ਜ਼ਿਆਦਾ ਪਿਆਰ ਕਰਾਂ, ਮੈਨੂੰ ਕੁਝ ਨਹੀਂ ਚਾਹੀਦਾ। ਕਹਿੰਦੇ ਨਹੀਂ, ਤੁਸੀਂ ਝੌਂਪੜੇ ਵਿੱਚ ਬੈਠ ਕੇ ਨਾਮ ਜਪਦੇ ਹੋ, ਕਿਰਤ ਵੀ ਕਰਦੇ ਹੋ, ਨਾਮ ਵੀ ਜਪਦੇ ਹੋ, ਫਿਰ ਇਕੱਲਾ ਨਾਮ ਜਪੀਓ ਬੈਠ ਕੇ, ਲੋੜ ਨਹੀਂ ਹੈ ਕਿਰਤ ਕਰਨ ਦੀ, ਮੈਂ ਤੁਹਾਡੀ ਗਰੀਬੀ ਦੂਰ ਕਰ ਦਿੰਦਾ, ਮੈਂ ਤੁਹਾਨੂੰ ਇੱਕ ਪੱਥਰ ਦਿੰਦਾ ਪਾਰਸ ਪੱਥਰ, ਅਤੇ ਤੁਸੀਂ ਜਿੰਨਾ ਚਾਹੋ ਸੋਨਾ ਬਣਾ ਲਈਓ, ਮਹਿਲ ਬਣਾ ਲਓ ਵੱਡੇ ਵੱਡੇ। ਪਰ ਰਵਿਦਾਸ ਜੀ ਨੇ ਨਾ ਕਰ ਦਿੱਤੀ, ਸਾਧੂ ਨੂੰ ਕਿਹਾ, ਮੈਨੂੰ ਤੁਹਾਡੀ ਆਸ਼ੀਰਵਾਦ ਚਾਹੀਦਾ, ਨਾਮ ਜਪਣ ਦਾ ਆਸ਼ੀਰਵਾਦ ਦਿਓ, ਮੈਂ ਪਾਰਸ ਕੀ ਕਰਨਾ, ਮੇਰੇ ਕਿਸੇ ਕੰਮ ਦਾ ਨਹੀਂ, ਜਦ ਮੈਨੂੰ ਲੋੜ ਹੀ ਕੋਈ ਨਹੀਂ ਹੈ, ਮੈਨੂੰ ਜਿੱਥੇ ਪਰਮਾਤਮਾ ਨੇ ਰੱਖਿਆ ਮੈਂ ਉਹਦੀ ਰਜ਼ਾ ਵਿੱਚ ਰਾਜ਼ੀ ਹੈ, ਮੈਨੂੰ ਲੋੜ ਨਹੀਂ ਹੈ। ਅਤੇ ਇਸਦੇ ਉਲਟ ਅੱਜ ਕੱਲ੍ਹ ਦੇ ਜ਼ਮਾਨੇ ਵਿੱਚ ਆ ਜਾਓ, ਨਾਮ ਕਿਹਨੂੰ ਚਾਹੀਦਾ, ਕਿਸੇ ਨੂੰ ਨਹੀਂ ਚਾਹੀਦਾ, ਪਰਮਾਤਮਾ ਤੋਂ ਅਸੀਂ ਕਦੀ ਨਹੀਂ ਮੰਗਦੇ ਵੀ ਸਾਨੂੰ ਨਾਮ ਦੀ ਦਾਤ ਦਿਓ, ਅਸੀਂ ਮੰਗਦੇ ਸਾਨੂੰ ਕੋਠੀ ਦੇ ਦਿਓ, ਸਾਨੂੰ ਕਾਰ ਦੇ ਦਿਓ, ਕਿਉਂਕਿ ਮਨ ਵਿੱਚ ਨਾਮ ਦਾ ਵਾਸਾ ਨਹੀਂ ਹੈ। ਹਰ ਵੇਲੇ ਸਾਨੂੰ ਲੋਭ ਸਤਾਉਂਦਾ ਹੈ, ਹਰ ਵੇਲੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਵਿੱਚ ਅਸੀਂ ਫਸੇ ਰਹਿੰਦੇ ਹਾਂ, ਸਾਨੂੰ ਨਾਮ ਨਹੀਂ ਚੇਤੇ ਆਉਂਦਾ, ਮੰਦਰ ਵੀ ਆਉਂਦੇ ਹਾਂ, ਗੁਰਦੁਆਰੇ ਵੀ ਜਾਂਦੇ ਹਾਂ, ਸਿਰਫ ਅਸੀਂ ਸੰਸਾਰਿਕ ਜ਼ਰੂਰਤਾਂ ਪੂਰੀਆਂ ਕਰਨ ਵਾਸਤੇ, ਬੇਸ਼ੱਕ ਪਰਮਾਤਮਾ ਕਿਸੇ ਨੂੰ ਖਾਲੀ ਨਹੀਂ ਮੋੜਦਾ, ਸਾਡੇ ਬਾਬਾ ਜੀ ਕਿਸੇ ਨੂੰ ਖਾਲੀ ਨਹੀਂ ਮੋੜਦੇ, ਜੋ ਜੋ ਕੋਈ ਮੰਗਦਾ, ਕਿਉਂਕਿ ਪਰਮਾਤਮਾ ਦਾ ਕੰਮ ਹੈ ਜਿੱਦਾਂ ਦੇ ਭਾਵ ਉੱਦਾਂ ਦੀ ਝੋਲੀ ਭਰ ਦਿੰਦਾ, ਜਿੱਦਾਂ ਦਿੰਦੀ ਹੈ ਤਾਂ ਜਿੱਦਾਂ ਦੀ ਕੋਈ ਮੰਗ ਮੰਗਦਾ ਉਹਨੂੰ ਉੱਦਾਂ ਦੀ ਮੰਗ ਦੇ ਦਿੰਦਾ, ਪਰ ਐਸਾ ਮੰਗੀਏ ਜਿਹਨੂੰ ਮੰਗਣ ਤੋਂ ਬਾਅਦ ਕੁਛ ਸ਼ੇਸ਼ ਨਾ ਰਹੇ। ਅੱਜ ਦਾ ਇਨਸਾਨ ਲੋਭ ਦਾ ਭਰਿਆ ਹੋਇਆ ਹੈ, ਪਰ ਸਾਹਿਬ ਜੀ ਲੋਭ ਦੀ ਜਿਹੜਾ ਜਿਸ ਇਨਸਾਨ ਦੇ ਅੰਦਰ ਲੋਭ ਹੈ ਉਹਦੀ ਤੁਲਨਾ ਕਿਹਦੇ ਨਾਲ ਕੀਤੀ ਗਈ ਹੈ? ਮਹਾਂਪੁਰਸ਼ਾਂ ਨੇ ਉਹਦੀ ਤੁਲਨਾ ਕੀਤੀ ਹੈ ਕੁੱਤੇ ਦੇ ਨਾਲ। ਕੁੱਤਾ ਵੀ ਆਮ ਨਹੀਂ ਜਿਹੜਾ ਹਲਕ ਜਾਂਦਾ, ਕੁੱਤਾ ਜਿਹੜਾ ਕੁੱਤਾ ਹਲਕ ਜਾਂਦਾ ਹੈ, ਉਸ ਲੋਭੀ ਇਨਸਾਨ ਦੀ ਅਵਸਥਾ ਮਹਾਂਪੁਰਸ਼ਾਂ ਨੇ ਇੱਕੋ ਜਿਹੀ ਦੱਸੀ। ਲੋਭੀ ਜਿਹੜਾ ਇਨਸਾਨ ਹੈ ਉਹਦੀ ਤੁਲਨਾ ਹਲਕਿਆ ਕੁੱਤਾ ਜਿਹੜਾ ਹਲਕ ਜਾਂਦਾ ਹੈ ਉਹਦੇ ਨਾਲ ਕੀਤੀ ਗਈ ਹੈ। ਕਹਿੰਦੇ ਜਿਹੜਾ ਹਲਕਿਆ ਕੁੱਤਾ ਉਹਦੀ ਨਿਸ਼ਾਨੀਆਂ ਕੀ ਨੇ? ਪੰਜ ਨਿਸ਼ਾਨੀਆਂ ਦੱਸੀਆਂ ਵੀ ਹਲਕਾ ਕੁੱਤਾ ਘਰਦਿਆਂ ਨੂੰ ਵੱਢਣ ਲੱਗ ਜਾਂਦਾ, ਜਿਹੜੇ ਉਹਨੂੰ ਪਾਲਦੇ ਉਹਨਾਂ ਨੂੰ ਵੱਢਣਾ ਸ਼ੁਰੂ ਕਰ ਦਿੰਦਾ। ਦੂਸਰੀ ਨਿਸ਼ਾਨੀ ਹਲਕਾ ਕੁੱਤਾ ਕੋਈ ਟਿਕ ਕੇ ਬੈਠਦਾ ਨਹੀਂ, ਇੱਕ ਜਗ੍ਹਾ ਉਹਦੇ ਟਿਕ ਕੇ ਨਹੀਂ ਬੈਠ ਸਕਦਾ। ਤੀਸਰੀ ਨਿਸ਼ਾਨੀ ਵੀ ਹਲਕਾ ਕੁੱਤਾ ਹਰ ਵੇਲੇ ਉਹਦੇ ਮੂੰਹ 'ਚੋਂ ਝੱਗ ਜਾਂਦੀ, ਅਤੇ ਚੌਥੀ ਨਿਸ਼ਾਨੀ ਉਹਦੀ ਪੂੰਛ ਜਿਹੜੀ ਹਰ ਵੇਲੇ ਕੁੱਤੇ ਦੀ ਪੂੰਛ ਕਹਿੰਦੇ ਮੁੜੀ ਰਹਿੰਦੀ ਹੈ, ਹਲਕੇ ਕੁੱਤੇ ਦੀ ਪੂੰਛ ਵੀ ਸਿੱਧੀ ਹੋ ਜਾਂਦੀ। ਪੰਜਵੀਂ ਨਿਸ਼ਾਨੀ ਹਲਕੇ ਕੁੱਤੇ ਦੀ ਵੀ ਉਹ ਪਾਣੀ ਤੋਂ ਡਰਨ ਲੱਗ ਜਾਂਦਾ ਹੈ। ਸੇਵੇ ਹੀ ਨਿਸ਼ਾਨੀਆਂ ਲੋਭੀ ਇਨਸਾਨ ਦੀਆਂ ਨੇ, ਜੋ ਹਲਕੇ ਕੁੱਤੇ ਦੀਆਂ ਨੇ ਉਹ ਵੀ ਲੋਭੀ ਇਨਸਾਨ ਦੀਆਂ ਨੇ। ਜਿਵੇਂ ਹਲਕਾ ਕੁੱਤਾ ਘਰਦਿਆਂ ਨੂੰ ਵੱਢਣਾ ਸ਼ੁਰੂ ਕਰ ਦਿੰਦਾ ਹੈ,
ਉਸੇ ਤਰ੍ਹਾਂ ਜਿਹੜੇ ਪਾਲਦੇ ਨੇ ਕੁੱਤੇ ਨੂੰ ਉਹਨੂੰ ਵੀ ਬੜੀ ਨਸ਼ਾ ਛੱਡ ਦਿੱਤਾ। ਉਹੀ ਤਰ੍ਹਾਂ ਲੋਭੀ ਇਨਸਾਨ ਹੈ ਜਿਹਦੇ ਮਨ ਵਿੱਚ ਲੋਭ ਹੈ, ਆਪਣਾ ਹੱਕ ਲੈ ਲਿਆ, ਉਹ ਦੂਸਰਿਆਂ ਦੇ ਹੱਕ 'ਤੇ ਨਜ਼ਰ ਟਿਕਾ ਕੇ ਬੈਠਾ ਵੀ ਇਹ ਵੀ ਮੈਂ ਕਿਸੇ ਨੂੰ, ਕਿਉਂਕਿ ਇਨਸਾਨ ਪਿਆਰੇ ਸਾਹਿਬ ਸਿੰਘ ਜੀ ਮਹਾਂਪੁਰਸ਼ ਸਮਝਾਉਂਦੇ ਨੇ ਆਪਣੇ ਦੁੱਖ ਤੋਂ ਦੁਖੀ ਨਹੀਂ ਹੈ, ਦੂਸਰੇ ਦੇ ਸੁੱਖ ਤੋਂ ਜ਼ਿਆਦਾ ਦੁਖੀ ਹੁੰਦੇ। ਕੋਈ ਸੁਖੀ ਹੁੰਦਾ ਹੈ ਸਾਡੇ ਤੋਂ ਬਰਦਾਸ਼ਤ ਨਹੀਂ ਹੁੰਦਾ, ਕੋਈ ਸੁਖੀ ਕਿਉਂ ਆ, ਅਸੀਂ ਕਿਸੇ ਨੂੰ ਸੁਖੀ ਦੇਖਣਾ ਨਹੀਂ ਚਾਹੁੰਦੇ, ਮਨ ਸਾਡੀ ਅਵਸਥਾ ਇੱਦਾਂ ਦੀ ਬਣ ਗਈ ਕਿਉਂਕਿ ਨਾਮ ਨਾਲ ਨਹੀਂ ਜੁੜੇ। ਸੋ ਉਹ ਵੀ ਘਰਦਿਆਂ ਵੀ ਲੜੀ ਜਾਂਦਾ, ਦੇਖੋ ਤੁਸੀਂ ਘਰਾਂ ਵਿੱਚ ਭਰਾਵਾਂ ਦੇ ਝਗੜੇ ਨੇ, ਉਹ ਘਰਦਿਆਂ ਨਾਲ ਹੀ ਲੜੀ ਜਾਂਦਾ, ਭੈਣ ਭਰਾ ਆਪਸ ਵਿੱਚ ਲੜੀ ਜਾਂਦੇ, ਮਾਂ ਬਾਪ ਨਹੀਂ ਹੱਥੋਂ ਜਾ ਕੇ ਫੜ ਲੈਂਦਾ, ਉਹਨਾਂ ਦਾ ਗੁਲਾਮਾ ਫੜ ਲੈਂਦਾ, ਮੇਰਾ ਹਿੱਸਾ ਦੇ, ਆਪਣਾ ਹਿੱਸਾ ਬੇਸ਼ੱਕ ਲੈ ਬੇਟਾ, ਫਿਰ ਵੀ ਲੜਦਾ ਵੀ ਮੈਨੂੰ ਹੋਰ ਦਿਓ, ਰੱਜਦਾ ਨਹੀਂ ਹੈ। ਸੋ ਦੂਸਰੀ ਨਿਸ਼ਾਨੀ ਹਲਕੇ ਕੁੱਤੇ ਦੀ ਵੀ, ਟਿਕ ਕੇ ਬੈਠਦਾ ਨਹੀਂ ਤੇ ਲੋਭੀ ਇਨਸਾਨ ਵੀ ਟਿਕ ਕੇ ਨਹੀਂ ਬੈਠਦਾ, ਹਰ ਵੇਲੇ ਉਹਦੇ ਮਨ ਵਿੱਚ ਤ੍ਰਿਸ਼ਨਾ ਨੂੰ ਟਿਕੇ ਨਹੀਂ ਦਿੰਦੀ। ਰਾਤ ਨੂੰ ਬੇਸ਼ੱਕ ਦਿਨੇ ਕਿਰਤ ਕਰਨੀ ਚਾਹੀਦੀ ਹਰ ਇੱਕ ਨੂੰ, ਪਰ ਉਹਨੂੰ ਸੁੱਤੇ ਪਏ ਨੂੰ ਵੀ ਸੁਪਨੇ ਆਉਂਦੇ ਨੇ ਪੈਸੇ ਦੇ, ਵੀ ਮੈਂ ਕਿਸੇ ਤਰੀਕੇ ਪੈਸੇ ਉਹਨੂੰ ਟਿਕਾ ਨਹੀਂ ਹੈ, ਉਹ ਤਾਂ ਮਨ ਟਿਕਦਾ ਨਹੀਂ ਹੈ। ਤੁਸੀਂ ਦੇਖਦੇ ਹੋ ਸਤਸੰਗ ਵਿੱਚ ਜੋ ਟਿਕ ਕੇ ਬੈਠ ਨਹੀਂ ਸਕਦਾ। ਸੋ ਤੀਸਰੀ ਨਿਸ਼ਾਨੀ ਵੀ ਹਲਕੇ ਕੁੱਤੇ ਦੇ ਮੂੰਹ 'ਚੋਂ ਹਰ ਵੇਲੇ ਝੱਕ ਜਾਂਦੀ, ਉਹੀ ਨਿਸ਼ਾਨੀ ਲੋਭੀ ਦੇ ਵਿੱਚ ਵੀ ਹੈ ਵੀ ਹਰ ਵੇਲੇ ਉਹਦੇ ਮੂੰਹ ਵਿੱਚ ਨਿੰਦਾ ਦੀ ਝੱਗ ਰਹਿੰਦੀ, ਉਹ ਦੂਸਰਿਆਂ ਦੀ ਨਿੰਦਾ ਕਰਦਾ ਰਹਿੰਦਾ, ਉਹ ਕਹਿੰਦਾ ਦੂਸਰਾ ਇਸ ਤਰ੍ਹਾਂ ਹਰ ਵੇਲੇ ਦੂਸਰਿਆਂ ਦੀ ਨਿੰਦਾ ਕਰਦਾ, ਆਪਣੀ ਚੰਗਿਆਈ ਕਰਦਾ, ਹਰ ਵੇਲੇ ਨਿੰਦਾ ਦੀ ਝੱਗ ਉਹਦੇ ਮੂੰਹ ਵਿੱਚ ਰਹਿੰਦੀ। ਚੌਥੀ ਨਿਸ਼ਾਨੀ ਵੀ ਕੁੱਤੇ ਦੀ ਪੂੰਛ ਸਿੱਧੀ ਹੋ ਜਾਂਦੀ, ਜਿਹੜਾ ਹਲਕ ਜਾਂਦਾ ਕੁੱਤਾ, ਅਤੇ ਉਸੇ ਤਰ੍ਹਾਂ ਹੀ ਲੋਭੀ ਇਨਸਾਨ ਆ, ਉਹਦੇ ਹੱਥ ਦੀਆਂ ਤਲੀਆਂ ਵੀ ਸਿੱਧੀਆਂ ਹੋ ਜਾਂਦੀਆਂ, ਹਰ ਵੇਲੇ ਕਦੇ ਕਿਤੇ ਜਾ ਕੇ ਮੰਗਦਾ, ਕਦੇ ਕਿਤੇ ਜਾ ਕੇ ਮੰਗਦਾ, ਮੰਗਣ ਹੀ ਤੁਰਿਆ ਰਹਿੰਦਾ, ਜਦੋਂ ਦੇਖੋ ਮੰਗਣ ਹੀ ਤੁਰਿਆ ਰਹਿੰਦਾ, ਇਹ ਵੀ ਨਿਸ਼ਾਨੀ ਹੈ। ਪੰਜਵੀਂ ਨਿਸ਼ਾਨੀ, ਹਲਕਿਆਂ ਕੁੱਤਾ ਪਾਣੀ ਤੋਂ ਡਰਨਾ ਸ਼ੁਰੂ ਕਰ ਦਿੰਦਾ, ਉਹਨੂੰ ਪਾਣੀ ਤੋਂ ਬਹੁਤ ਡਰ ਲੱਗਦਾ, ਅਤੇ ਜਿਹੜਾ ਲੋਭੀ ਇਨਸਾਨ ਹੈ ਉਹਨੂੰ ਡਰ ਲੱਗਦਾ ਹੈ ਗੁਰੂ ਦੀ ਬਾਣੀ ਤੋਂ, ਉਹਨੂੰ ਡਰ ਲੱਗਦਾ ਸਤਸੰਗ ਤੋਂ, ਉਹ ਸਤਸੰਗ ਵਿੱਚ ਆਉਣ ਤੋਂ ਡਰਦਾ, ਕਹਿੰਦਾ ਕਿਹੜਾ ਜਾਵੇ ਚੌਂਕੀ ਦੇ ਉੱਤੇ, ਕਿਹੜਾ ਜਾਵੇ ਸਤਸੰਗ ਦੇ ਵਿੱਚ, ਤੇਲ ਫੁੱਕਣਾ, ਆਪਣੀ ਨੀਂਦ ਖਰਾਬ ਕਰਨ ਦੀ ਕੀ ਲੋੜ ਹੈ, ਸਵੇਰੇ ਦਿਹਾੜੀ ਲਾਵਾਂਗੇ ਕਿਤੇ ਜਾ ਕੇ, ਪੈਸੇ ਕਮਾਵਾਂਗੇ ਪੈਸੇ ਤੋਂ ਲੋਭ। ਸੋ ਪਿਆਰੇ ਸਾਧ ਸੰਗਤ ਜੀ, ਮਹਾਂਪੁਰਸ਼ਾਂ ਨੇ ਐਸੇ ਬੰਦਿਆਂ ਦੀ ਤੁਲਨਾ ਹਲਕੇ ਕੁੱਤੇ ਨਾਲ ਕੀਤੀ ਹੈ, ਲੋਭੀ ਇਨਸਾਨ ਦੀ ਤੁਲਨਾ ਹਲਕੇ ਕੁੱਤੇ ਨਾਲ। ਸੋ ਆਪਣੇ ਅੰਦਰ ਝਾਤੀ ਮਾਰੀਏ ਵੀ ਅਸੀਂ ਕਿਸ ਕੈਟਾਗਰੀ ਦੇ ਵਿੱਚ। ਸੋ ਜ਼ਰੂਰ ਆਪਣੇ ਮਨ ਨੂੰ ਸਮਝਾਈਏ, ਜਿਵੇਂ ਰਵਿਦਾਸ ਭਗਤ ਜੀ ਦੇ ਉੱਤੇ ਕਿਰਪਾ ਕੀਤੀ ਪਰਮਾਤਮਾ ਨੇ, ਉਹਨਾਂ ਦੇ ਮਨ ਵਿੱਚ ਨਾ ਵੱਸ ਗਿਆ, ਹੁਣ ਸਾਡੇ ਅਸੀਂ ਲੋਭ ਤੋਂ ਛੁਟਕਾਰਾ ਕਿਵੇਂ ਪਾਈਏ, ਇਹਦਾ ਕੀ ਤਰੀਕਾ ਹੈ, ਕਿਉਂਕਿ ਮਨ ਵਿੱਚ ਟੇਕ ਨਹੀਂ ਹੈ, ਉਹਦਾ ਇੱਕੋ ਤਰੀਕਾ ਵੀ ਨਾਮ ਦੇ ਨਾਲ ਜੁੜੀਏ। ਜਿਹਦੇ ਮਨ ਵਿੱਚ ਸੰਤੋਖ ਆ ਗਿਆ, ਚਾਹ ਗਈ ਚਿੰਤਾ ਮਿੱਟੀ, ਮਨੁਆ ਬੇਪਰਵਾਹ, ਜਿਸ ਕੋ ਪੁੱਛਣਾ ਚਾਹੀਏ ਸੋਈ ਸ਼ਹਿਨ ਸ਼ਾਹ, ਜਿਹਦੇ ਮਨ ਵਿੱਚ ਕੋਈ ਚਾਹ ਨਹੀਂ ਹੈ, ਕੋਈ ਬਹੁਤ ਵੱਡੀ ਅਵਸਥਾ ਵੀ ਨਾਮ ਜਪ ਜਪ ਕੇ ਆਉਂਦੀ ਹੈ, ਬੰਦਗੀ ਕਰਕੇ ਆਉਂਦੀ ਹੈ, ਜਿਵੇਂ ਰਵਿਦਾਸ ਭਗਤ ਜੀ ਵਿੱਚ ਆਈ, ਉਹਨਾਂ ਨੂੰ ਕੁਝ ਪਰਮਾਤਮਾ ਸਾਹਮਣੇ ਬੈਠੇ ਸਾਧੂ ਦੇ ਭੇਸ਼ ਵਿੱਚ, ਪੱਥਰ ਦੇ ਰਿਹਾ, ਪਾਰਸ ਦੇ ਰਿਹਾ, ਪਰ ਉਹ ਲੈ ਨਹੀਂ ਰਹੇ, ਉਹਨਾਂ ਨੂੰ ਕੋਈ ਇੱਛਾ ਹੀ ਨਹੀਂ ਹੈ, ਮਨ ਵਿੱਚ ਤਮੰਨਾ ਨਹੀਂ ਹੈ, ਕੋਈ ਉਹ ਤਾਂ ਸ਼ਹਿਰ ਸ਼ਹਿਰ ਉਹੀ ਸ਼ਹਿਰ ਸ਼ਾਹ ਹੁੰਦੇ ਜਿਹਨਾਂ ਨੂੰ ਕੋਈ ਇੱਛਾ ਨਹੀਂ ਹੈ। ਪਰਮਾਤਮਾ ਕਹਿੰਦਾ ਆਪਣੇ ਭਗਤਾਂ ਨੂੰ ਲੈ ਲਾ, ਮੈਂ ਤੇਰੀ ਗਰੀਬੀ ਦੂਰ ਕਰ ਦਿੰਦਾ, ਪਰ ਉਹ ਕਹਿੰਦੇ ਨਹੀਂ, ਮੈਂ ਤੇਰੀ ਰਜ਼ਾ ਵਿੱਚ ਰਾਜ਼ੀ, ਭਾਵੇਂ ਤੂੰ ਅਮੀਰ ਬਣਾ ਦੇ, ਭਾਵੇਂ ਗਰੀਬ ਬਣਾ ਦੇ, ਮੈਂ ਮੰਗਣਾ ਕੁਛ ਨਹੀਂ ਹੈ, ਤੇਰੀ ਮਰਜ਼ੀ ਹੈ। ਸੋ ਪਿਆਰੇ ਸਾਹਿਬ ਸਿੰਘ ਜੀ, ਨਾਮ ਦਾ ਰੰਗ ਚੜਿਆ ਜਿਹਨਾਂ ਦੇ ਸੰਤੋਖ, ਮਹਾਰਾਜ ਦੀ ਬਾਣੀ ਕਹਿੰਦੀ ਬਿਨਾਂ ਸੰਤੋਖ ਨਹੀਂ ਪਾਉਂਦਾ, ਜੇ ਤੇ ਸੰਤੋਖ ਕਿੱਦਾਂ ਆਉਣਾ, ਉਹ ਆਉਣਾ ਨਾਮ ਜਪ ਕੇ, ਦੇਖੋ ਨਾਮ ਸੰਤੋਖਿਆ ਉਤਰੇ ਮਨ ਕੀ ਭੁੱਖ, ਅਸੀਂ ਨਾਮ ਜਪਾਂਗੇ ਤੇ ਨਾਮ ਕਿੱਥੇ ਜਪਿਆ ਜਾਣਾ, ਸਤਸੰਗ ਵਿੱਚ ਆ ਕੇ, ਨਾਮ ਦੀ ਦਾਤ ਕਿੱਥੇ ਮਿਲਣੀ ਹੈ, ਸਤਸੰਗ ਦੇ ਵਿੱਚ ਆ ਕੇ, ਇੱਥੇ ਅੱਗੇ ਸਾਡਾ ਮਨ ਬਦਲਣਾ, ਅਤੇ ਅਸੀਂ ਅੱਗੇ ਦੇਖਣਾ, ਪਤਾ ਲੱਗਦਾ ਵੀ ਪੈਸਾ ਨਹੀਂ ਜ਼ਰੂਰੀ, ਕਿਉਂ ਮੈਂ ਘਰਦਿਆਂ ਨਾਲ ਲੜਦਾ, ਮੈਂ ਸਾਰਾ ਕੁਛ ਛੱਡ ਜਾਣਾ, ਕਿਉਂ ਮੈਂ ਦੂਸਰੇ ਨੂੰ ਨੀਵਾਂ ਦਿਖਾਉਣਾ ਚਾਹੁੰਦਾ, ਕਿਉਂ ਨਹੀਂ ਮੈਂ ਇਨਸਾਨ ਸੋਚਦਾ ਮੇਰੇ ਕੋਲ ਕੋਠੀ ਹੈ, ਮੇਰੇ ਕੋਲ ਖਾਣਾ, ਮੈਂ ਬਹੁਤ ਸੁਖੀ ਹੋ ਜਾਣਾ, ਮੈਂ ਬਹੁਤ ਸੁਖੀ ਹੈ, ਕਈ ਸਮਝ ਲੈਂਦੇ ਵੀ ਮੈਂ ਸੁਖੀ ਬਹੁਤ ਹਾਂ, ਪਰ ਪਿਆਰੇ ਸਾਹਿਬ ਸਿੰਘ ਜੀ ਸੁਖੀ ਨਹੀਂ, ਕਿਉਂਕਿ ਕਿਸੇ ਨੂੰ ਦੁੱਖ ਪਹੁੰਚਾ ਕੇ ਕੋਈ ਸੁਖੀ ਰਹਿ ਨਹੀਂ ਸਕਦਾ, ਜੇ ਆਪਾਂ ਕਿਸੇ ਨੂੰ ਦੁਖੀ ਕਰਦੇ ਹਾਂ ਸਾਨੂੰ ਯਾਦ ਰੱਖੋ ਵੀ ਉਹਨੂੰ ਭੋਗਣਾ ਪੈਣਾ, ਉਹਦੇ 'ਤੇ ਵੀ ਦੁੱਖ ਆਉਣਾ। ਸੋ ਜ਼ਰੂਰੀ ਇਹ ਗੱਲ ਨਹੀਂ ਤੁਸੀਂ ਕਿੰਨੇ ਖੁਸ਼ ਹੋ, ਜ਼ਰੂਰੀ ਗੱਲ ਇਹ ਹੈ ਵੀ ਤੁਹਾਡੇ ਤੋਂ ਕੌਣ ਖੁਸ਼ ਹੈ, ਕਿੰਨੇ ਕੁ ਲੋਕ ਤੁਹਾਡੇ ਤੋਂ ਖੁਸ਼ ਨੇ, ਤੁਸੀਂ ਕਿੰਨੇ ਕੁ ਨੂੰ ਖੁਸ਼ ਰੱਖਦੇ ਹੋ ਤੁਹਾਡੇ ਕਰਕੇ ਦੁਨੀਆ 'ਤੇ, ਤੁਸੀਂ ਕਿੰਨੇ ਕੁ ਦੀ ਜ਼ਰੂਰਤ ਦੀ ਜ਼ਰੂਰਤ, ਜਿਹਨਾਂ ਨੂੰ ਕੋਈ ਜ਼ਰੂਰਤ ਹੈ, ਕਿਸੇ ਨੂੰ ਭੁੱਖ ਲੱਗੀ ਤੁਸੀਂ ਉਹਦੀ ਜ਼ਰੂਰਤ ਪੂਰੀ ਕਰ ਦਿੰਦੇ ਹੋ, ਭੁੱਖੇ ਨੂੰ ਰੋਟੀ ਖਵਾ ਦਿੰਦੇ ਹੋ। ਮਹਾਰਾਜ ਸਾਡੇ ਸਮਝਾਉਂਦੇ ਸੀ ਵੀ ਲੋੜ ਨਹੀਂ ਹੈ ਬਹੁਤਾ, ਜਾ ਕੇ ਤੁਸੀਂ ਵਰਤ ਰੱਖੋ, ਜਪ ਕਰੋ, ਤਪ ਕਰੋ, ਤੁਸੀਂ ਕਿਸੇ ਭੁੱਖੇ ਨੂੰ ਰਜਾ ਦਿਓ, ਤੁਹਾਡਾ ਯੱਗ ਸਫਲ ਹੋ ਜਾਏਗਾ, ਪਰਮਾਤਮਾ ਹਰ ਇੱਕ ਇਨਸਾਨ ਦਿੰਦਾ। ਜੇ ਤੁਸੀਂ ਕਿਸੇ ਜ਼ਰੂਰਤਮੰਦ ਦੀ ਜ਼ਰੂਰਤ ਪੂਰੀ ਕਰਕੇ ਕਿਸੇ ਭੁੱਖੇ ਨੂੰ ਲੰਗਰ ਖਵਾ ਦਿੱਤਾ, ਉਹਨੂੰ ਪਿਆਰ ਦੇ ਨਾਲ ਲੰਗਰ ਛਕਾ ਦਿੱਤਾ,
ਖੁਸ਼ ਹੋ ਜਾਂਦੇ। ਸੋ ਪਿਆਰੇ ਸਾਧ ਸੰਗਤ ਜੀ, ਕੋਈ ਤ੍ਰਿਸ਼ਨਾ ਨਹੀਂ ਹੈ ਭਗਤ ਰਵਿਦਾਸ ਜੀ ਦੇ ਅੰਦਰ, ਨਾਮ ਵਿੱਚ ਰੱਖੇ ਹੋਏ ਨੇ। ਪਰਮਾਤਮਾ ਤੋਂ ਕੀ ਮੰਗਦੇ?